ਸਾਹਿਬ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਟੀਵੀ ਅਤੇ ਮੈਂ ਹਾਂ ਤੁਹਾਡਾ ਰਾਜ ਕੁਮਾਰ ਅਰੋੜਾ।
ਪਰਮੇਸ਼ਰ ਕਿਰਪਾ ਨਿਧਾਨ ਸਰਬਤ ਦਾ ਸਮਰੱਥ ਕਰੋੜ ਬ੍ਰਹਿਮੰਡ ਦੇ ਮਾਲਿਕ ਜੁਗੇ ਜੁਗ ਅਟਲ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਗਾ ਦੇ ਵਿੱਚ ਮਹਾਂਪੁਰਸ਼ਾਂ ਦੀ ਦਾਤ ਦੇ ਵਿੱਚ ਸਲਾਨਾ ਜੋੜ ਮੇਲੇ ਤੇ ਜੁੜ ਬੈਠਿਆ ਸਿੱਖ ਸੰਗਤਾਂ ਇੱਕ ਵਾਰ ਸਾਹਿਬਾਂ ਦੇ ਚਰਨਾਂ ਵਿੱਚ ਸੀਸ ਝੁਕਾਓ। ਕੋਈ ਮੁੱਖ ਵਾਜਾ ਨਾ ਲਵੇ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਫਤਿਹ ਦੀ ਆਵਾਜ਼ ਬੜੀ ਢਿੱਲੀ ਆਈ ਹੈ। ਇੰਨੀ ਸੰਗਤ ਬੈਠੀ ਹੋਵੇ ਤੇ ਜੋੜ ਮੇਲਾ ਹੋਵੇ ਤੇ ਫਤਿਹ ਦੀ ਆਵਾਜ਼ ਸਿਰਫ ਜਿਹੜੇ ਗੂੜੇ ਸਿੰਘ ਬੈਠੇ ਇਹਨਾਂ ਨੂੰ ਲਵਾਈਆਂ ਨਾ ਪਿੱਛੋਂ ਆਈਆਂ ਨਾ ਉੱਧਰ ਬੀਬੇ ਵੱਲੋਂ ਤੋਂ ਆਈ ਗਈ ਤੇ ਸਾਰੇ ਗੱਜ ਕੇ ਫਤਿਹ ਬੁਲਾਓ। ਜਿਹਦੀ ਜ਼ਬਾਨ ਤੇ ਫਤਿਹ ਆ ਉਹਦੀ ਮਨੋਰਥ ਕੀ ਆ? ਆਪਾਂ ਰੋਜ਼ਾਨਾ ਬਾਣੀ ਪੜ੍ਹਦੇ ਹਾਂ, ਭਈ ਪ੍ਰਾਪਤ ਮਨੁੱਖ ਦੇ ਕੰਮ ਮਿਲ ਸਾਹ ਸੰਗਤ ਭੱਜ ਕੇ ਮਿਲਣਾ। ਪਰ ਸਾਹਿਬਾਂ ਦਾ ਫਰਮਾਨ ਆ ਸੁੰਦਰ ਕੌਣ ਨੇ? ਕਿਸੇ ਦਾ ਰੰਗ ਗੋਰਾ ਹੋਵੇ ਉਹਨੂੰ ਸੁੰਦਰ ਨਹੀਂ ਕਿਹਾ ਜਾਂਦਾ। ਸਾਹਿਬਾਂ ਦੀ ਨਿਗਾਹ ਵਿੱਚ ਸੁੰਦਰ ਉਹ ਨੇ ਜਿਸ ਤਰ੍ਹਾਂ ਤੁਸੀਂ ਬੈਠੇ ਹੋ। ਸਹੀ ਸੁੰਦਰ ਸੋਹਣੇ ਸਾਧ ਸੰਗ ਦਿਨ ਬਣੇ ਜਿਹੜੇ ਸੰਗਤ ਵਿੱਚ ਆ ਕੇ ਬੈਠਦੇ ਨੇ। ਵਿੱਚ ਦੁਨੀਆ ਸੇਵਕ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵਾ। ਨਾਨਕ ਦੇ ਬਾਣੀ ਬਾਬਾ ਨਾਨਕ ਜੀ 32,000 ਮੀਲ ਪਰ ਤੁਰਲੇ 32,000 ਮੀਲ ਔਰ ਦੁਖੀਆਂ ਦਾ ਦਰਦ ਨਿਵਾਰਨੇ ਲਈ ਕਿਸੇ ਗਰੀਬ ਕੋਲ ਗਏ, ਕਿਸੇ ਨੂੰ ਬਿਮਾਰ ਸੀ ਉਹਦੇ ਕੋਲ ਗੁਰੂ ਨਾਨਕ ਸਾਹਿਬ ਗਏ, ਕਿਸੇ ਨੂੰ ਕੋਹੜ ਹੋਇਆ ਉਹਦੇ ਕੋਲ ਗਿਆ ਬਾਬਾ। ਕਦੇ ਪੜ੍ਹ ਕੇ ਵੇਖੋ ਕਿਸੇ ਧਰਮ ਦੇ ਵਿੱਚ ਕੋਈ ਪੈਗੰਬਰ ਇੰਨਾ ਪੈਦਲ ਨਹੀਂ ਤੁਰਿਆ ਜਿੰਨਾ ਬਾਬਾ ਨਾਨਕ ਸਾਹਿਬ ਕੋਲ ਕਰਨ ਲੱਗਾ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਅੰਦਰ ਸ਼ਹਿਨਸ਼ਾਹ ਆਲਮ ਸਾਹਿਬ ਦੇ ਸੱਚ ਬੋਲਣ ਲਈ ਸੀਰ ਤਰੀ ਤੇਰਾ ਕਿਆ ਪਊ। ਜੇ ਧਰਮ ਦੀ ਗੱਲ ਕਰੀਏ ਤਾਂ ਸੀਰ ਤਰੀ ਤੇਰਾ ਕਿਆ ਪਊ ਸਾਹਿਬਾਂ ਦਾ ਫਰਮਾਨ ਹੈ। ਜੇ ਉਹ ਪ੍ਰੇਮ ਤੇ ਗੁਰੂ ਕਿਸੇ ਨੂੰ ਕੋਈ ਚੋਲਾ ਪਕੜ ਕੇ ਲਿਆਵੇ ਜੋ ਗੁਰੂ ਸਾਹਿਬ ਸੱਚ ਬੋਲਦੇ ਸਨ ਕਹਿੰਦਾ ਉਹਨੂੰ ਮੈਂ ਆਰਾਮ ਨਾਲ ਸੱਚ ਵੀ ਗੱਲ ਸੀ ਸੱਚ ਵੀ ਕੁਰਬਾਨੀ ਸੀ ਤੇ ਹੁਣ ਉਹਦਾ ਪਤਾ ਨਹੀਂ ਕਿਹਦਾ ਕੋਈ ਸੂਰਮਾ ਉੱਥੇ ਉਹ ਕਹਿੰਦੇ ਹੁਣ ਕਿੱਦਾਂ ਕਿੱਦਾਂ ਮੈਂ ਗੁਰੂ ਗੋਬਿੰਦ ਸਿੰਘ ਨੂੰ ਪੜੇ ਨਹੀਂ ਸਕਦਾ। ਮਹਾਬਲੀ ਯੋਧਾ 42 ਸਾਲ 9 ਮਹੀਨੇ ਦੇ ਸਾਧਨ ਗੁਰੂ ਸਾਹਿਬ ਨੂੰ ਦੱਸੇ ਨੇ ਰੋਮੇ ਖੜੇ ਕਰ ਦੇਣ ਵਾਲਾ ਕਿਹਾ ਸੰਸਾਰ ਨੂੰ ਅੱਲਾ ਕੀ ਦੁਰਜਨਾ ਹੋਈ। ਹੁਣ ਦੋ ਵੇਲੇ ਪਹਾੜੀ ਵਾਲੇ ਇਕੱਠੇ ਹੋਏ ਰਾਜਾ ਕਹਿੰਦੂ ਗਿਆ ਰਾਜਾ ਠੂ ਗਿਆ ਰਾਜਾ ਕੋਲ ਗਿਆ ਰਾਜਾ ਸੇਕ ਰਾਜਾ ਚੰਬਾ ਰਾਜਾ ਮੰਡੀ ਰਾਜਾ ਹਰਪਟ ਰਾਜਾ ਨੂਰਪੁਰ ਤੇ 22 ਭਾਵੇ ਵਾਲੇ ਇਕੱਠੇ ਹੋ ਗਏ ਤੇ ਹੁਣ ਪਹਾੜੀ ਵਾਲੇ ਪਿਓ ਬਣਾਉਂਦੇ ਨੇ ਵੀ ਕਿਸੇ ਨੂੰ ਕਿਵੇਂ ਪਕੜ ਨਾ ਪਾਉਣਾ ਚਾਹੁੰਦਾ। ਖੂਨੀ ਹੱਥ ਲੈ ਕੇ ਸਦਾ ਦੇ ਉਹ ਲਈ ਮੈਂ ਚੱਲੂ ਦਾ ਢਾਡੀ ਜਵਾਬ ਦੇ ਸਾਹਮਣੇ ਪੇਸ਼ ਕੇ ਕੰਦ ਕਰ ਰਿਹਾ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ? ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ TV.in।